ਜੇਕਰ ਚੰਗੇ ਭਵਿੱਖ ਲਈ ਤੁਸੀਂ ਵੀ ਆਪਣੇ ਸੇਵਿੰਗਸ ਨੂੰ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਰਿਸਕ ਲੈਣ ਤੋਂ ਵੀ ਡਰਦੇ ਹੋ ਤਾਂ ਡਾਕਖਾਨੇ ਦੇ ਵੱਲੋਂ ਤੁਹਾਡੇ ਲਈ ਇੱਕ ਵਧੀਆ ਸਕੀਮ ਲਿਆਂਦੀ ਗਈ ਹੈ, ਜਿਸ ਦੇ ਵਿੱਚ ਕਿ ਤੁਸੀਂ 2 ਸਾਲਾਂ ਵਿੱਚ ਹੀ ਕਾਫੀ ਇਨਵੈਸਟਮੈਂਟ ਕਰਕੇ ਆਪਣੀ ਚੰਗੀ ਰਿਟਰਨ ਪ੍ਰਾਪਤ ਕਰ ਸਕਦੇ ਹੋ। ਦੱਸ ਦਈਏ ਕਿ ਜੋ ਲੋਕ ਸਟਾਕ ਮਾਰਕੀਟ ਦਾ ਪੰਗਾ ਨਹੀਂ ਲੈਣਾ ਚਾਹੁੰਦੇ ਤੇ ਆਪਣੇ ਪੈਸੇ ਨੂੰ ਸੇਫਲੀ ਇਨਵੈਸਟ ਕਰਕੇ ਚੰਗੀ ਰਿਟਰਨ ਕਮਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਡਾਕਖਾਨੇ ਦੇ ਵੱਲੋਂ ਇਹ ਇੱਕ ਚੰਗਾ ਵਿਕਲਪ ਹੈ। ਇਸ ਦੇ ਨਾਲ ਜਮ੍ਹਾਂ ਕੀਤੀ ਰਾਸ਼ੀ ਤੇ ਟੈਕਸ ਲਾਭ ਵੀ ਮਿਲੇਗਾ ਅਤੇ ਗਰੰਟੀ ਦੇ ਨਾਲ ਰਿਟਰਨ ਵੀ ਮਿਲੇਗੀ। ਇਸ ਸਕੀਮ ਦੇ ਵਿੱਚ ਤੁਹਾਨੂੰ 2 ਸਾਲਾਂ ਦੇ ਵਿੱਚ 2.32 ਲੱਖ ਰੁਪਏ ਤੱਕ ਦੀ ਰਿਟਰਨ ਮਿਲ ਸਕਦੀ ਹੈ। ਦਰਅਸਲ ਪੰਜਾਬ ਦੇ ਰਾਜ ਅਤੇ ਕੇਂਦਰ ਸਰਕਾਰ ਦੇ ਵੱਲੋਂ ਔਰਤਾਂ ਸਮੇਤ ਬਜ਼ੁਰਗਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਡਾਕਘਰ ਦੀਆਂ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ। ਅਜਿਹੇ ਵਿੱਚ ਇੱਕ ਸਕੀਮ ਔਰਤਾਂ ਦੇ ਲਈ ਮੌਜੂਦ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਹਰ ਮਹੀਨੇ ਪੋਸਟ ਆਫਿਸ ਦੇ ਵਿੱਚ ਘੱਟੋ ਘੱਟ 1000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਅਸੀਂ ਗੱਲ ਕਰ ਰਹੇ ਹਾਂ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਦੀ, ਜਿਸ ਦੇ ਅਨੁਸਾਰ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਸਰਕਾਰ ਨੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਤਹਿਤ 1000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾਂ ਕਰਵਾ ਸਕਦੇ ਹੋ ਤੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਰਾਸ਼ੀ 100 ਦੇ ਗੁਣਾ ਵਿੱਚ ਹੋਣੀ ਚਾਹੀਦੀ ਹੈ, ਮਤਲਬ ਕਿ ਤੁਹਾਨੂੰ ਘੱਟੋ ਘੱਟ ਹਰੇਕ ਮਹੀਨੇ 1000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਵੱਧ ਤੋਂ ਵੱਧ ਜਮ੍ਹਾਂ ਕਰਨ ਦੀ ਰਕਮ 2 ਲੱਖ ਰੁਪਏ ਤੱਕ ਹੋਵੇਗੀ। ਤੁਸੀਂ ਇਸ ਸਕੀਮ ਦੇ ਤਹਿਤ ਕਈ ਖਾਤੇ ਖੁਲਵਾ ਸਕਦੇ ਹੋ, ਹਾਲਾਂਕਿ ਇੱਕ ਖਾਤਾ ਖੋਲਣ ਤੋਂ ਬਾਅਦ ਦੂਜਾ ਖਾਤਾ 3 ਮਹੀਨੇ ਬਾਅਦ ਹੀ ਖੋਲਿਆ ਜਾਵੇਗਾ। ਇਸ ਸਕੀਮ ਦੇ ਕੁਝ ਨਿਯਮ ਵੀ ਨੇ, ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਇਸ ਸਕੀਮ ਨਾਲ ਜੁੜਿਆ ਸਭ ਤੋਂ ਪਹਿਲਾ ਨਿਯਮ ਹੈ, ਜੇਕਰ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨਾਲ ਸੰਬੰਧਿਤ ਕੋਈ ਵੀ ਨਾਮਜ਼ਦ ਵਿਅਕਤੀ ਜਮ੍ਹਾਂ ਕੀਤੀ ਰਕਮ ਵਾਪਸ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਲਾਭਪਾਤਰੀ ਕੋਈ ਅਜਿਹੀ ਬਿਮਾਰੀ ਤੋਂ ਪੀੜਿਤ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਮੌਤ ਹੋ ਸਕਦੀ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਜਮ੍ਹਾਂ ਰਾਸ਼ੀ ਕਢਵਾਈ ਜਾ ਸਕਦੀ ਹੈ। ਤੁਸੀਂ ਪੈਸੇ ਕਢਵਾਉਣ ਤੋਂ ਬਾਅਦ ਖਾਤਾ ਬੰਦ ਵੀ ਕਰਵਾ ਸਕਦੇ ਹੋ। ਜੇਕਰ ਤੁਹਾਨੂੰ ਜਮ੍ਹਾਂ ਰਾਸ਼ੀ ਦੀ ਸਖਤ ਜ਼ਰੂਰਤ ਹੈ ਤਾਂ ਤੁਸੀਂ ਪੈਸੇ ਕਢਵਾ ਸਕਦੇ ਹੋ, ਪਰ ਅਜਿਹੇ ਵਿੱਚ ਤੁਹਾਨੂੰ ਸਿਰਫ 2% ਘੱਟ ਵਿਆਜ ਦੇ ਉੱਤੇ ਪੈਸਾ ਵਾਪਸ ਮਿਲ ਜਾਏਗਾ। ਜੇਕਰ ਇਸ ਸਕੀਮ ਦੇ ਵਿਆਜ ਦਰ ਦੀ ਗੱਲ ਕੀਤੀ ਜਾਵੇ ਤਾਂ 7.5% ਵਿਆਜ ਦਰ ਇਸ ਸਕੀਮ ਤੇ ਮਿਲੇਗਾ, ਹਾਲਾਂਕਿ ਵਿਆਜ 3 ਮਹੀਨਿਆਂ ਦੇ ਆਧਾਰ ਤੇ ਜਮ੍ਹਾਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੀਮ ਦਾ ਸਮਾਂ 2 ਸਾਲ ਹੋਵੇਗਾ, ਪਰ ਤੁਸੀਂ 1 ਸਾਲ ਬਾਅਦ ਵੀ ਜਮ੍ਹਾਂ ਰਾਸ਼ੀ ਦਾ 40% ਕਢਵਾ ਸਕਦੇ ਹੋ, ਜੋ ਕਿ ਜੇਕਰ ਤੁਸੀਂ 2 ਸਾਲਾਂ ਦੇ ਵਿੱਚ ਇਸ ਯੋਜਨਾ ਦੇ ਤਹਿਤ 2 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਹਾਨੂੰ 7.5% ਵਿਆਜ ਮਿਲੇਗਾ ਤੇ ਤੁਹਾਡਾ ਪੈਸਾ 2,32,044 ਰੁਪਏ ਹੋ ਜਾਏਗਾ, ਜੋ ਕਿ ਤੁਹਾਨੂੰ 2 ਸਾਲਾਂ ਬਾਅਦ ਦੇ ਦਿੱਤਾ ਜਾਵੇਗਾ। ਉਹਨਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਕਿ ਬਿਨਾਂ ਰਿਸਕ ਲਏ ਆਪਣੇ ਪੈਸੇ ਦੇ ਉੱਤੇ ਚੰਗੀ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਨੇ। ਜੇਕਰ ਚੰਗੇ ਭਵਿੱਖ ਲਈ ਤੁਸੀਂ ਵੀ ਆਪਣੇ ਸੇਵਿੰਗਸ ਨੂੰ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਰਿਸਕ ਲੈਣ ਤੋਂ ਵੀ ਡਰਦੇ ਹੋ ਤਾਂ ਡਾਕਖਾਨੇ ਦੇ ਵੱਲੋਂ ਤੁਹਾਡੇ ਲਈ ਇੱਕ ਵਧੀਆ ਸਕੀਮ ਲਿਆਂਦੀ ਗਈ ਹੈ, ਜਿਸ ਦੇ ਵਿੱਚ ਕਿ ਤੁਸੀਂ 2 ਸਾਲਾਂ ਵਿੱਚ ਹੀ ਕਾਫੀ ਇਨਵੈਸਟਮੈਂਟ ਕਰਕੇ ਆਪਣੀ ਚੰਗੀ ਰਿਟਰਨ ਪ੍ਰਾਪਤ ਕਰ ਸਕਦੇ ਹੋ। ਦੱਸ ਦਈਏ ਕਿ ਜੋ ਲੋਕ ਸਟਾਕ ਮਾਰਕੀਟ ਦਾ ਪੰਗਾ ਨਹੀਂ ਲੈਣਾ ਚਾਹੁੰਦੇ ਤੇ ਆਪਣੇ ਪੈਸੇ ਨੂੰ ਸੇਫਲੀ ਇਨਵੈਸਟ ਕਰਕੇ ਚੰਗੀ ਰਿਟਰਨ ਕਮਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਡਾਕਖਾਨੇ ਦੇ ਵੱਲੋਂ ਇਹ ਇੱਕ ਚੰਗਾ ਵਿਕਲਪ ਹੈ। ਇਸ ਦੇ ਨਾਲ ਜਮ੍ਹਾਂ ਕੀਤੀ ਰਾਸ਼ੀ ਤੇ ਟੈਕਸ ਲਾਭ ਵੀ ਮਿਲੇਗਾ ਅਤੇ ਗਰੰਟੀ ਦੇ ਨਾਲ ਰਿਟਰਨ ਵੀ ਮਿਲੇਗੀ। ਇਸ ਸਕੀਮ ਦੇ ਵਿੱਚ ਤੁਹਾਨੂੰ 2 ਸਾਲਾਂ ਦੇ ਵਿੱਚ 2.32 ਲੱਖ ਰੁਪਏ ਤੱਕ ਦੀ ਰਿਟਰਨ ਮਿਲ ਸਕਦੀ ਹੈ। ਦਰਅਸਲ ਪੰਜਾਬ ਦੇ ਰਾਜ ਅਤੇ ਕੇਂਦਰ ਸਰਕਾਰ ਦੇ ਵੱਲੋਂ ਔਰਤਾਂ ਸਮੇਤ ਬਜ਼ੁਰਗਾਂ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਡਾਕਘਰ ਦੀਆਂ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ। ਅਜਿਹੇ ਵਿੱਚ ਇੱਕ ਸਕੀਮ ਔਰਤਾਂ ਦੇ ਲਈ ਮੌਜੂਦ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਹਰ ਮਹੀਨੇ ਪੋਸਟ ਆਫਿਸ ਦੇ ਵਿੱਚ ਘੱਟੋ ਘੱਟ 1000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਅਸੀਂ ਗੱਲ ਕਰ ਰਹੇ ਹਾਂ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਦੀ, ਜਿਸ ਦੇ ਅਨੁਸਾਰ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਸਰਕਾਰ ਨੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਤਹਿਤ 1000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾਂ ਕਰਵਾ ਸਕਦੇ ਹੋ ਤੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਰਾਸ਼ੀ 100 ਦੇ ਗੁਣਾ ਵਿੱਚ ਹੋਣੀ ਚਾਹੀਦੀ ਹੈ, ਮਤਲਬ ਕਿ ਤੁਹਾਨੂੰ
ਘੱਟੋ ਘੱਟ ਹਰੇਕ ਮਹੀਨੇ 1000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਵੱਧ ਤੋਂ ਵੱਧ ਜਮ੍ਹਾਂ ਕਰਨ ਦੀ ਰਕਮ 2 ਲੱਖ ਰੁਪਏ ਤੱਕ ਹੋਵੇਗੀ। ਤੁਸੀਂ ਇਸ ਸਕੀਮ ਦੇ ਤਹਿਤ ਕਈ ਖਾਤੇ ਖੁਲਵਾ ਸਕਦੇ ਹੋ, ਹਾਲਾਂਕਿ ਇੱਕ ਖਾਤਾ ਖੋਲਣ ਤੋਂ ਬਾਅਦ ਦੂਜਾ ਖਾਤਾ 3 ਮਹੀਨੇ ਬਾਅਦ ਹੀ ਖੋਲਿਆ ਜਾਵੇਗਾ। ਇਸ ਸਕੀਮ ਦੇ ਕੁਝ ਨਿਯਮ ਵੀ ਨੇ, ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਇਸ ਸਕੀਮ ਨਾਲ ਜੁੜਿਆ ਸਭ ਤੋਂ ਪਹਿਲਾ ਨਿਯਮ ਹੈ, ਜੇਕਰ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨਾਲ ਸੰਬੰਧਿਤ ਕੋਈ ਵੀ ਨਾਮਜ਼ਦ ਵਿਅਕਤੀ ਜਮ੍ਹਾਂ ਕੀਤੀ ਰਕਮ ਵਾਪਸ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਲਾਭਪਾਤਰੀ ਕੋਈ ਅਜਿਹੀ ਬਿਮਾਰੀ ਤੋਂ ਪੀੜਿਤ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਮੌਤ ਹੋ ਸਕਦੀ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਜਮ੍ਹਾਂ ਰਾਸ਼ੀ ਕਢਵਾਈ ਜਾ ਸਕਦੀ ਹੈ। ਤੁਸੀਂ ਪੈਸੇ ਕਢਵਾਉਣ ਤੋਂ ਬਾਅਦ ਖਾਤਾ ਬੰਦ ਵੀ ਕਰਵਾ ਸਕਦੇ ਹੋ। ਜੇਕਰ ਤੁਹਾਨੂੰ ਜਮ੍ਹਾਂ ਰਾਸ਼ੀ ਦੀ ਸਖਤ ਜ਼ਰੂਰਤ ਹੈ ਤਾਂ ਤੁਸੀਂ ਪੈਸੇ ਕਢਵਾ ਸਕਦੇ ਹੋ, ਪਰ ਅਜਿਹੇ ਵਿੱਚ ਤੁਹਾਨੂੰ ਸਿਰਫ 2% ਘੱਟ ਵਿਆਜ ਦੇ ਉੱਤੇ ਪੈਸਾ ਵਾਪਸ ਮਿਲ ਜਾਏਗਾ। ਜੇਕਰ ਇਸ ਸਕੀਮ ਦੇ ਵਿਆਜ ਦਰ ਦੀ ਗੱਲ ਕੀਤੀ ਜਾਵੇ ਤਾਂ 7.5% ਵਿਆਜ ਦਰ ਇਸ ਸਕੀਮ ਤੇ ਮਿਲੇਗਾ, ਹਾਲਾਂਕਿ ਵਿਆਜ 3 ਮਹੀਨਿਆਂ ਦੇ ਆਧਾਰ ਤੇ ਜਮ੍ਹਾਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੀਮ ਦਾ ਸਮਾਂ 2 ਸਾਲ ਹੋਵੇਗਾ, ਪਰ ਤੁਸੀਂ 1 ਸਾਲ ਬਾਅਦ ਵੀ ਜਮ੍ਹਾਂ ਰਾਸ਼ੀ ਦਾ 40% ਕਢਵਾ ਸਕਦੇ ਹੋ, ਜੋ ਕਿ ਜੇਕਰ ਤੁਸੀਂ 2 ਸਾਲਾਂ ਦੇ ਵਿੱਚ ਇਸ ਯੋਜਨਾ ਦੇ ਤਹਿਤ 2 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਹਾਨੂੰ 7.5% ਵਿਆਜ ਮਿਲੇਗਾ ਤੇ ਤੁਹਾਡਾ ਪੈਸਾ 2,32,044 ਰੁਪਏ ਹੋ ਜਾਏਗਾ, ਜੋ ਕਿ ਤੁਹਾਨੂੰ 2 ਸਾਲਾਂ ਬਾਅਦ ਦੇ ਦਿੱਤਾ ਜਾਵੇਗਾ। ਉਹਨਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਕਿ ਬਿਨਾਂ ਰਿਸਕ ਲਏ ਆਪਣੇ ਪੈਸੇ ਦੇ ਉੱਤੇ ਚੰਗੀ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਨੇ।